ਮੋਰਿੰਡਾ ਦੇ ਗੁਰਦੁਆਰਾ ਸ਼ਹੀਦਗੰਜ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਮੋਰਿੰਡਾ ਸ਼ੂਗਰ ਮਿੱਲ ਅੱਗੇ 30 ਨਵੰਬਰ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੇ ਸੰਬੰਧ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਮੌਕੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਅਤੇ ਗੰਨਾ ਕਾਸ਼ਤਕਾਰਾਂ ਦੀਆਂ ਡਿਊਟੀਆਂ ਲਗਾਈਆਂ ਕਿ ਇਸ ਧਰਨੇ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਤਾਂ ਜੋ ਕਾਂਗਰਸ ਸਰਕਾਰ ਕਿਸਾਨਾਂ ਦੀ ਬਕਾਇਆ ਰਾਸ਼ੀ ਦੇਣ ਲਈ ਮਜਬੂਰ ਹੋ ਜਾਵੇ। ਦੂਜੇ ਪਾਸੇ 20 ਨਵੰਬਰ ਨੂੰ ਸ਼ੂਗਰ ਮਿੱਲ ਦੀ 57 ਗੰਨਾ ਪਿੜਾਈ ਦਾ ਸੀਜ਼ਨ 2018 ਸ਼ੁਰੂ ਹੋ ਰਿਹਾ ਹੈ, ਜਿਸਦਾ ਉਦਘਾਟਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਹੁਣ ਦੇਖਣਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਪਿਛਲੇ ਸਾਲ ਦੀ ਬਕਾਇਆ ਪੇਮੈਂਟ ਬਾਕੀ ਹੈ ਉਹ ਇਸ ਪਿੜਾਈ ਸੀਜ਼ਨ ਦੌਰਾਨ ਗੰਨਾ ਸੁੱਟਣਗੇ ਜਾਂ ਨਹੀਂ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ 30 ਨਵੰਬਰ ਨੂੰ ਖੰਡ ਮਿੱਲ ਮੋਰਿੰਡੇ ਅੱਗੇ ਧਰਨਾ ਦਿੱਤਾ ਜਾ ਰਿਹਾ, ਉਹਦੇ 'ਚ ਮੋਰਿੰਡਾ, ਬਸੀ ਪਠਾਣਾ, ਸਰਹੰਦ, ਲੋਹ, ਗੰਨਾ, ਸਰਾਲੇ ਤੱਕ ਤੋਂ ਇੱਧਰੋਂ ਖਾਲ ਮੋਹਾਲੀ ਅਤੇ ਰੋਪੜ ਤੱਕ ਤੋਂ ਜਿਹੜੇ ਵੀ ਲੋਕ ਗੰਨਾ ਸੁੱਟਦੇ ਨੇ ਜਾਂ ਗੰਨੇ ਨਾਲ ਕਿਸਾਨੀ ਨਾਲ ਸੰਬੰਧਿਤ ਲੋਕ ਨੇ, ਕਿਉਂਕਿ ਗੰਨੇ ਦਾ ਬਕਾਇਆ ਪਿਛਲੇ ਸਾਲ ਤਾਂ ਅਜੇ ਤੱਕ ਕਿਸਾਨਾਂ ਨੂੰ ਮਿਲਿਆ ਨਹੀਂ। 450 ਕਰੋੜ ਰੁਪਇਆ ਕਿਸਾਨਾਂ ਦਾ ਸਰਕਾਰ ਦੱਬੀ ਬੈਠੀ ਹੈ, ਅਜੇ ਤੱਕ ਕਿਸਾਨਾਂ ਨੂੰ ਮਿਲ ਨਹੀਂ ਪਾਇਆ। ਅਗਲੀ ਫਸਲ ਮਿੱਲਾਂ ਤੱਕ ਪਹੁੰਚ ਗਈ ਔਰ ਮਿੱਲਾਂ ਅਗਲੀ ਫਸਲ ਪੀੜਨ ਲਈ ਤਿਆਰ ਨਹੀਂ ਹੈ। ਮਿੱਲ ਵਾਲਿਆਂ ਦਾ ਕਹਿਣਾ ਵੀ ਅਸੀਂ SRP ਸਰਕਾਰ ਦੇਵੇ ਪੰਜਾਬ ਦੀ, ਅਸੀਂ ਨਹੀਂ ਦੇਣੀ। ਅਤੇ ਮਿੱਲਾਂ ਵਾਲਿਆਂ ਦਾ ਸਰਕਾਰ ਨੂੰ ਸਮਝੌਤਾ ਨਹੀਂ ਕਰ ਰਹੀ, ਬਲਕਿ ਮੁੱਖ ਮੰਤਰੀ ਸਾਹਿਬ ਕਿਸਾਨਾਂ ਨੂੰ ਮਜ਼ਾਕ ਕਰ ਰਹੇ ਨੇ ਕਿ ਇਹ ਸਿਆਸੀ ਰੋਟੀਆਂ ਚਾਹੀਦੇ ਨੇ, ਇਹਨਾਂ ਨੂੰ ਕੋਈ ਤਕਲੀਫ ਨਹੀਂ। ਮੁੱਖ ਮੰਤਰੀ ਸਾਹਿਬ ਦਾ ਬਸੀ ਪਠਾਣਾ ਬਿਆਨ ਦੇਣਾ ਉਹ ਵੀ ਮੈਨੂੰ ਭਾਗਾ ਸੀ ਔਰ 30 ਨਵੰਬਰ 'ਤੇ ਜਿਹੜਾ ਧਰਨਾ ਹੋਣਾ ਉਹਦੇ 'ਤੇ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪ ਬੋਲਣ ਔਰ ਮੈਂ ਸਮਝਦਾ ਇੱਕ ਵਿਸ਼ਾਲ ਧਰਨਾ ਹੋਏਗਾ ਔਰ ਧਰਨੇ ਨੇ ਮੁੱਖ ਮੰਤਰੀ ਸਾਹਿਬ ਨੂੰ ਅਹਿਸਾਸ ਕਰਾਉਣਾ ਕਿ ਕਿਸਾਨਾਂ ਨੂੰ ਕਿੰਨੀ ਦਿੱਕਤ ਆ, ਕਿੰਨੀ ਤਕਲੀਫ ਆ। ਜਾਂ ਤਾਂ ਸਰਕਾਰ SRP ਦਾ ਪੈਸਾ ਆਪ ਦੇਵੇ ਪ੍ਰਾਈਵੇਟ ਮਿੱਲਾਂ ਨੂੰ, ਜਾਂ ਪ੍ਰਾਈਵੇਟ ਮਿੱਲਾਂ ਤੋਂ ਦਵਾਵੇ। ਗੰਨੇ ਦੀ ਪਿੜਾਈ ਤਾਂ ਸ਼ੁਰੂ ਹੋਵੇ, ਅੱਗੇ ਕਣਕ ਬੀਜਣ ਤੋਂ 30% ਰਹਿ ਜਾਣੀਆਂ ਲੋਕਾਂ ਦੀ। ਪਹਿਲਾਂ ਝੋਨਾ ਲੇਟ ਪੱਕਿਆ ਉਹਦੇ ਕਰਕੇ 30% ਕਣਕ ਲੇਟ ਹੋ ਗਈ। ਸੋ ਇਸ ਤਰ੍ਹਾਂ ਦੇ ਹਾਲਾਤ ਕਿਸਾਨਾਂ ਦੇ ਹੋਏ ਖੜ੍ਹੇ ਨੇ। ਕਿਸਾਨੀ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ